Should I hear? I don't know. ਲੋਕਾਂ ਦੀ ਇਹ ਭੀੜ ਜਿਸ ਸ਼ਖਸ ਨੂੰ ਘੇਰਾ ਪਾਈ ਬੈਠੀ ਹੈ ਇਹ ਚੋਰ ਦੱਸਿਆ ਜਾ ਰਿਹਾ ਹੈ ਜੋ ਇੱਕ ਘਰ ਦੇ ਵਿੱਚ ਵੜ ਗਿਆ ਤੇ ਰਸੋਈ ਚੋਂ ਸਿਲੰਡਰ ਚੁੱਕਣ ਦੀ ਕੋਸ਼ਿਸ਼ ਕਰ ਰਿਹਾ ਸੀ ਜਿਸ ਨੂੰ ਦੇਖ ਕੇ ਘਰ 'ਚ ਮੌਜੂਦ ਲੜਕੀ ਦੇ ਵੱਲੋਂ ਚੀਕਾਂ ਮਾਰੀਆਂ ਗਈਆਂ ਚੀਕਾਂ ਦੀ ਆਵਾਜ਼ ਸੁਣੋ ਉੱਤੇ ਛੱਤ ਤੇ ਬੈਠੀ ਮਾਂ ਵੀ ਭੱਜੀ ਆਈ ਤੇ ਫਿਰ ਲੋਕਾਂ ਨੇ ਇਸ ਚੋਰ ਨੂੰ ਕਾਬੂ ਕਰ ਲਿਆ ਜਦੋਂ ਇਸ ਚੋਰ ਨੂੰ ਕਾਬੂ ਕੀਤਾ ਤਾਂ ਫਿਰ ਕਹਿਣ ਲੱਗਾ ਵੀ ਉਹ ਗਲਤੀ ਨਾਲ ਅੰਦਰ ਆ ਗਿਆ ਹੈ ਉਸਦੀ ਸ਼ੂਗਰ ਘਟੀ ਹੋਈ ਹੈ ਦਰਅਸਲ ਇੱਕ ਘਰ ਦੇ ਵਿੱਚ ਜਿੱਥੇ ਮਾਵਾਂ ਧੀਆਂ ਕੱਲੀਆਂ ਸੀ ਤਾਂ ਇਹ ਨਸ਼ੇੜੀ ਉਸ ਘਰ ਦੇ ਵਿੱਚ ਦਾਖਲ ਹੁੰਦਾ ਹੈ ਰਸੋਈ 'ਚ ਜਾ ਕੇ ਸਿਲੰਡਰ ਲਾਉਣ ਦੀ ਕੋਸ਼ਿਸ਼ ਕਰਨ ਲੱਗਦਾ ਹੈ ਜਿਵੇਂ ਹੀ ਉਹ ਸਿਲੰਡਰ ਚੁੱਕਦਾ ਹੈ ਤਾਂ ਘਰ 'ਚ ਮੌਜੂਦ ਲੜਕੀ ਦੇ ਵੱਲੋਂ ਚੀਕਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਨੇ ਧੀ ਦੀ ਆਵਾਜ਼ ਸੁਣ ਕੇ ਮਾਂ ਵੀ ਛੱਤ ਤੋਂ ਕੱਪੜੇ ਸਿਉਣਾ ਛੱਡ ਕੇ ਹੇਠਾਂ ਭੱਜੀ ਆਉਂਦੀ ਹੈ ਤੇ ਫਿਰ ਗੁਆਂਢੀਆਂ ਨਾਲ ਮਿਲ ਕੇ ਇਸ ਚੋਰ ਨੂੰ ਫੜ ਲਿਆ ਜਾਂਦਾ ਹੈ ਮਿੰਟਾਂ 'ਚ ਹੀ ਸਾਰਾ ਮੁਹੱਲਾ ਇਕੱਠਾ ਹੋ ਜਾਂਦਾ ਹੈ ਇਸ ਦੌਰਾਨ ਜਦੋਂ ਚੋਰ ਤੋਂ ਪੁੱਛਿਆ ਜਾਂਦਾ ਹੈ ਕਿ ਉਹ ਕਿਉਂ ਚੋਰੀ ਕਰਨ ਆਇਆ ਹੈ ਕਿੱਥੋਂ ਆਇਆ ਹੈ ਤਾਂ ਉਹ ਕਹਿੰਦਾ ਹੈ ਕਿ ਉਸਦੀ ਸ਼ੂਗਰ ਘਟੀ ਹੋਈ ਹੈ ਤੇ ਉਹ ਗਲਤੀ ਨਾਲ ਇਸ ਘਰ 'ਚ ਵੜ ਗਿਆ ਇੰਨਾ ਹੀ ਨਹੀਂ ਜਦੋਂ ਪੁਲਿਸ ਵੀ ਇੱਥੇ ਮੌਕੇ 'ਤੇ ਪਹੁੰਚਦੀ ਹੈ ਤਾਂ ਪੁਲਿਸ ਦਾ ਵੀ ਇਹੀ ਕਹਿਣਾ ਹੁੰਦਾ ਹੈ ਕਿ ਇਹ ਕੋਈ ਚੋਰ ਨਹੀਂ ਹੈ ਬਿਮਾਰ ਹੈ ਜਿਸ ਕਰਕੇ ਗਲਤੀ ਨਾਲ ਅੰਦਰ ਵੜ ਗਿਆ ਹਾਲਾਂਕਿ ਇੱਥੇ ਪਰਿਵਾਰ ਦੇ ਵੱਲੋਂ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ ਕਿਉਂਕਿ ਉਹਨਾਂ ਦੇ ਮੁਤਾਬਿਕ ਇਹ ਚੋਰ ਹੀ ਹੈ ਤੇ ਘਰੋਂ ਸਿਲੰਡਰ ਚੋਰੀ ਕਰਨ ਦੇ ਲਈ ਆਇਆ ਸੀ ਤੇ ਇਹ ਨਸ਼ੇੜੀ ਹੈ ਨਸ਼ੇ ਦੀ ਪੂਰਤੀ ਲਈ ਹੀ ਚੋਰੀ ਕਰ ਰਿਹਾ ਸੀ ਇਹ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਉਧਰੇ ਪੁਲਿਸ ਦੇ ਵੱਲੋਂ ਚੋਰ ਨੂੰ ਹਿਰਾਸਤ 'ਚ ਲੈ ਲਿਆ ਗਿਆ ਤੇ ਕਾਰਵਾਈ ਦੀ ਗੱਲ ਆਖ ਦਿੱਤੀ ਗਈ ਹੈ ਇਹ ਮਾਮਲਾ ਅੰਮ੍ਰਿਤਸਰ ਦੇ ਸਦਰ ਇਲਾਕੇ 'ਚੋਂ ਸਾਹਮਣੇ ਆਇਆ ਹੈ ਇੱਕ ਪਾਸੇ ਤਾਂ ਲੜਕੀ ਜੋ ਘਰ ਦੇ ਵਿੱਚ ਅੰਦਰ ਮੌਜੂਦ ਸੀ ਅਤੇ ਉਸਦੀ ਮਾਂ ਜੋ ਉੱਪਰ ਛੱਤ 'ਤੇ ਕੱਪੜੇ ਸਿਉਂ ਰਹੀ ਸੀ ਇਸੇ ਵਿਚਾਲੇ ਹੀ ਘਰ ਦੇ ਵਿੱਚ ਇੱਕ ਨਸ਼ੇੜੀ ਅਣਪਛਾਤਾ ਵਿਅਕਤੀ ਦਾਖਲ ਹੁੰਦਾ ਹੈ ਤੇ ਘਰ ਦੀ ਰਸੋਈ 'ਚ ਜਾ ਕੇ ਸਿਲੰਡਰ ਲਾਉਣ ਦੀ ਕੋਸ਼ਿਸ਼ ਕਰਨ ਲੱਗਦਾ ਹੈ ਇਹ ਸਭ ਦੇਖ ਕੇ ਘਰ 'ਚ ਮੌਜੂਦ ਕੁੜੀ ਦੇ ਵੱਲੋਂ ਚੀਕਾਂ ਮਾਰੀਆਂ ਜਾਂਦੀਆਂ ਹੈ ਜਿਸ ਦੀ ਆਵਾਜ਼ ਸੁਣ ਕੇ ਮਾਂ ਵੀ ਭੱਜੀ ਆਉਂਦੀ ਹੈ ਤੇ ਫਿਰ ਰਲ ਕੇ ਇਸ ਚੋਰ ਨੂੰ ਫੜ ਲਿਆ ਜਾਂਦਾ ਹੈ ਲੋਕਾਂ ਦੇ ਵੱਲੋਂ ਇਸ ਚੋਰ ਦੀ ਖੂਬ ਰੇਲ ਬਣਾਈ ਜਾਂਦੀ ਹੈ ਤੇ ਫਿਰ ਪੁਲਿਸ ਨੂੰ ਸੱਦਿਆ ਜਾਂਦਾ ਹੈ ਪਰਿਵਾਰ ਦਾ ਕਹਿਣਾ ਹੈ ਕਿ ਇਹ ਚੋਰ ਕੋਈ ਵੀ ਵੱਡਾ ਨੁਕਸਾਨ ਕਰ ਸਕਦਾ ਸੀ ਕਿਸੇ ਦੀ ਜਾਨ ਵੀ ਲੈ ਸਕਦਾ ਸੀ ਇਸ ਲਈ ਇਸ ਚੋਰ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਮੇਰੀ ਗੁੜੀਆ ਘਰ ਹੀ ਮੈਂ ਮਸ਼ੀਨ ਤੇ ਕੰਮ ਕਰਦੀ ਪਈ ਸੀ ਤੇ ਕੋਠੇ ਤੇ ਮੇਰੀ ਗੁੜੀਆ ਨੇ ਚੀਕਾਂ ਮਾਰੀ ਤੇ ਬੰਦਾ ਸਾਡੇ ਅੰਦਰ ਵੜ ਗਿਆ ਗੁੜੀਆ ਥੱਲੇ ਹੀ ਉਹਨੇ ਚੀਕਾਂ ਮਾਰੀਆਂ ਤੇ ਉਹ ਬੰਦਾ ਸਿਲੰਡਰ ਚੁੱਕ ਕੇ ਭੱਜਣ ਲੱਗਾ ਸੀ ਤੇ ਮੈਂ ਆ ਗਈ ਤੇ ਅਸੀਂ ਗਲੀ ਵਾਲੇ ਇਕੱਠੇ ਹੋ ਕੇ ਸਾਰੇ ਥਾਣੇ ਆ ਗਏ ਹੋਏ ਆ ਤੇ ਇਹਨੂੰ ਜਿੰਨੀ ਹੋ ਸਕੇ ਇਹਨੂੰ ਸਜ਼ਾ ਦਵਾਂ ਨਸ਼ੇੜੀ ਸੀ ਹੁਣ ਪੁਲਿਸ ਨੇ ਤੁਹਾਨੂੰ ਕੀ ਆਸ਼ਵਾਸਨ ਦਵਾਇਆ ਜੀ ਕਹਿੰਦੇ ਆ ਨਾ ਪੂਰੀ ਕਾਰਵਾਈ ਕਰਾਂਗੇ ਆਪਣੀ ਸ਼ੋਪ ਤੇ ਸੀਗਾ ਔਰ ਮੇਰੀ ਵਾਈਫ ਤੇ ਮੇਰੀ ਗੁੜੀਆ ਘਰ ਇਕੱਲੇ ਸੀਗੇ ਵਾਈਫ ਉੱਪਰ ਮਸ਼ੀਨ ਤੇ ਕੰਮ ਕਰਨ ਦੀ ਤੇ ਗੁੜੀਆ ਥੱਲੇ ਟੀਵੀ ਵੇਖਣ ਦੀ ਸੀਗੀ ਉਹ ਬੂਹਾ ਖੁੱਲਣ ਕਾਰਨ ਅਚਾਨਕ ਪਛਤੀ ਅਮਲੀ ਕੋਈ ਸਮੈਕੀ ਲਾ ਲਓ ਕੋਈ ਆਇਆ ਵਾ ਉਹਨੇ ਰਸੋਈ 'ਚੋਂ ਸਿਲੰਡਰ ਚੁੱਕਣ ਦੀ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਕੁੜੀ ਨੇ ਚੀਕਾਂ ਮਾਰੀਆਂ ਵਾਈਫ ਉੱਤੋਂ ਆਈ ਇਹਨੇ ਭੱਜਣ ਦੀ ਕੋਸ਼ਿਸ਼ ਕੀਤੀ ਆ ਕੁਛ ਵਾਈਫ ਨੇ ਫੜਿਆ ਕੁਛ ਗਲੀ ਵਾਲਿਆਂ ਨੇ ਸਾਥ ਦਿੱਤਾ ਫੜਿਆ ਅਤੇ ਇਹਨੂੰ ਥਾਣੇ ਫੜਾਇਆ ਗਿਆ ਵਾ ਔਰ ਥਾਣੇ ਵਾਲਿਆਂ ਨੇ ਸਾਨੂੰ ਕਾਰਵਾਈ ਕਰਨ ਦਾ ਸੋਚਿਆ ਕਿ ਤੇ ਪਰਚਾ ਹੋਏਗਾ ਇਹਨੂੰ ਜੇਲ੍ਹੇ ਦਿੱਤਾ ਜਾਏਗਾ ਇਹ ਨਸ਼ੇਰੀ ਸੀਗਾ ਹੁਣ ਕੀ ਮੰਗ ਕੀ ਕਰਦੇ ਭਾਅ ਜੀ ਤੁਸੀਂ ਅਸੀਂ ਮੰਗ ਇਹ ਕਰਦੇ ਹਾਂ ਕਿ ਇਹਨੇ ਇੱਕ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਆ ਮੇਰੀ ਬੇਟੀ ਘਰ ਇਕੱਲੀ ਸੀ ਉਹਨੂੰ ਕਿਡਨੈਪ ਵੀ ਕਰ ਸਕਦਾ ਉਹਨੂੰ ਮਾਰਨ ਦੀ ਕੋਸ਼ਿਸ਼ ਵੀ ਕਰ ਸਕਦਾ ਸੀ ਪਰ ਮੈਂ ਇਹੀ ਚਾਹੁੰਦਾ ਕਿ ਇਹਦੇ 'ਤੇ ਜਿੰਨੀ ਤੋਂ ਜਿੰਨੀ ਕਾਰਵਾਈ ਹੋ ਸਕਦੀ ਹੈ ਕੀਤੀ ਜਾਵੇ
ਨਹੀਂ ਐਸੀ ਕੋਈ ਗੱਲ ਨਹੀਂ ਹੈ, ਨਾ ਕੋਈ ਸਿਲੰਡਰ ਚੋਰੀ ਕਰਨ ਦੀ ਗੱਲ ਆਈ ਆ। ਇਹ ਨਾ ਮਹਿੰਦਰਪਾਲ ਸਾਹਿਬ ਨਾਲ ਸਵਰਨ ਕੁਮਾਰ ਆ ਵਾਸੀ ਤੁੰਗਵਾਲਾ ਕਿਰਪਾਲ ਕਲੋਨੀ ਦਾ। ਇਹਦੀ ਸ਼ੂਗਰ ਦੀ ਪ੍ਰੋਬਲਮ ਹੈ, ਸ਼ੂਗਰ ਘਟੀ ਹੋਣ ਕਰਕੇ ਜਿਹੜਾ ਵਾ ਇਹ ਉੱਥੇ ਡਿੱਗ ਪਿਆ ਸੀ, ਅਤੇ ਲੋਕਾਂ ਨੇ ਸ਼ੱਕ ਪੈ ਗਿਆ ਵੀ ਇਹਦੇ ਘਰ ਜਾ ਕੇ ਕਿਸੇ ਦੇ ਘਰ ਚੋਰੀ ਕਰਨ ਲੱਗਾ। ਜਦੋਂ ਕਿ ਉਹਦੇ ਨਾਲ ਕਾਫੀ ਮਤਲਬ ਕਿ ਆਮ ਜਨਤਾ ਵੱਲੋਂ ਇਸ ਸ਼ੱਕ ਦੇ ਬਣਾ 'ਤੇ ਉਹਦੇ ਨਾਲ ਕੁੱਟਮਾਰ ਕੀਤੀ ਗਈ ਹੈ। ਇਹਨੂੰ ਅਸੀਂ ਇਨਫੋਰਮੇਸ਼ਨ ਮਿਲਣ 'ਤੇ ਜਿਹੜਾ ਥਾਣੇ ਲਿਆਂਦਾ ਗਿਆ ਉਹਦੇ ਖਿਲਾਫ ਅਸੀਂ ਜੋ ਐਕਸ਼ਨ ਵਾਧਾ ਕਰਾਂਗੇ। ਸਰ ਨਸ਼ੇੜੇ ਵੀ ਸੀ ਕਹਿੰਦੇ? ਨਹੀਂ ਨਹੀਂ ਐਸੀ ਕੋਈ ਗੱਲ ਨਹੀਂ, ਸਾਡੇ ਕੋਲ ਬੈਠਾ ਹੋਇਆ ਵਾ, ਕੋਈ ਨਸ਼ਾ ਨਹੀਂ ਉਹਨੇ ਪੀਤਾ ਅਤੇ ਨਾ ਨਸ਼ੇ ਦੀ ਮੰਗ ਕੀਤੀ। ਸਿਰਫ ਉਹਨੂੰ ਸ਼ੂਗਰ ਜਿਹੜੀ ਆ ਜ਼ਿਆਦਾ ਘੱਟ ਗਈ ਸੀ, ਜਿਹਦੇ ਕਰਕੇ ਉਹ ਅਚਾਨਕ ਮਤਲਬ ਕਿ ਘੁੰਮਦਾ ਘੁੰਮਦਾ ਇਹਨਾਂ ਦੇ ਘਰ ਅੰਦਰ ਵੜ ਗਿਆ, ਉਹ ਡਿੱਗ ਪਿਆ ਸੀ। ਸਰ ਕੀ ਬਣਦੀ ਕਾਰਵਾਈ? ਜੋ ਵੀ ਕਾਰਵਾਈ ਜੀ ਬਣਦੀ ਉਹਦੇ ਮੁਤਾਬਕ ਕੀਤੀ ਜਾਊਗੀ। ਵੀ ਜੇ ਵਾਰ ਸੀ ਜਾਂ ਇਹਦੇ ਪਰਿਵਾਰਕ ਮੈਂਬਰਾਂ ਨੇ ਇਹਨੂੰ ਕਿਉਂ ਨਹੀਂ ਵੱਲੋਂ ਕੇਅਰ ਕੀਤੀ, ਜਾਂ ਜੇ ਕਿਸੇ ਕਿਸਮ ਦੀ ਕੋਈ ਲੜਾਈ ਝਗੜਾ ਹੋਇਆ ਵਾ ਇਹਨੇ ਕੀਤਾ ਜਾਂ ਉਹਨਾਂ ਕਿਹਾ ਉਹਦੇ ਖਿਲਾਫ਼।